ਤੇ ਸਾਡਾ ਵੀ ਇੱਕ ਮੁੰਡਾ ਚਿੱਟੇ ਲੱਗਿਆ ਹੋਇਆ। ਤੁਸੀਂ ਇਹਦੇ ਨਾਲ ਗੱਲ ਕਰੋ। ਜਦੋਂ ਮੁੰਡਾ ਬੁਲਾਇਆ ਉਹਦਾ ਅੰਮ੍ਰਿਤ ਛਕਿਆ ਹੋਇਆ, ਗਾਤਰਾ ਉਹਦੇ ਪਾਇਆ ਹੋਇਆ, ਸਿੱਖੀ ਬਾਣੇ ਚ ਸਾਡੇ ਕੋਲ ਬੈਠਿਆ ਕੇ ਪੁੱਛਿਆ ਸੀ। ਪਹਿਲਾਂ ਤਾਂ ਮੰਨਿਆ ਨਾ, ਫਿਰ ਜਦੋਂ ਪੁੱਛਿਆ ਵੀ ਕਾਕਾ ਤੂੰ ਚਿੱਟਾ ਖਾਣਾ, ਕਹਿੰਦਾ ਜੀ ਹਾਂ। ਕਿੰਨੇ ਚਿਰ ਤੋਂ? ਕਹਿੰਦਾ ਮੈਨੂੰ ਤਾਂ ਜੀ 2 ਮਹੀਨੇ। ਕਿੰਨੇ ਦਾ ਖਾ ਜਾਂਦਾ ਇੱਕ ਦਿਨ ਚ? ਨੋਰਮਲ ਪਰਿਵਾਰ ਸੀ ਉਹ। ਕਹਿੰਦਾ ਜੀ 2500 ਦਾ ਇੱਕ ਦਿਨ ਦੇ ਵਿੱਚ ਮੈਂ ਚਿੱਟਾ ਖਾ ਜਾਂਦਾ, 2500। ਅਸੀਂ ਕਿਹਾ ਜੀ ਘਰ ਬਚੂਗਾ? ਕਹਿੰਦਾ ਨਹੀਂ। ਛੱਡ ਸਕਦਾ? ਕਹਿੰਦਾ ਛੱਡ, ਪਰ ਐਂ ਨਹੀਂ ਛੱਡਿਆ ਜਾਣਾ, ਹੌਲੀ ਹੌਲੀ ਚਿੱਟਾ ਦੇ ਜਾਓ, ਮੈਂ ਘਟਾਈ ਜਾਊਂਗਾ, ਦਿਨ ਚ ਪਾਈ ਜਾਓ ਮੈਂ ਘਟਾਈ। ਗੱਲ ਮੰਨ ਗਿਆ। ਘਰਦਿਆਂ ਨੇ ਪਹਿਲਾਂ 1 ਗ੍ਰਾਮ ਖਾਂਦਾ ਹੁੰਦਾ ਸੀ, ਫਿਰ 1 ਗ੍ਰਾਮ 3 ਦਿਨ ਚਲਾਉਣ ਲੱਗ ਗਿਆ, ਫਿਰ 1 ਗ੍ਰਾਮ ਹਫ਼ਤਾ ਚਲਾਉਣ ਲੱਗ ਗਿਆ, ਫਿਰ 10 ਦਿਨ ਚਲਾਉਣ ਲੱਗ ਗਿਆ। ਹੌਲੀ ਹੌਲੀ ਉਹ ਛੱਡ ਗਿਆ, ਘਰ ਬਚ ਗਿਆ। ਨਹੀਂ, ਅਨੇਕਾਂ ਬੰਦੇ ਆਹ ਰਾਹ ਜਾਂਦੇ। ਉਦੋਂ ਸੁਣਿਆ ਸੀ ਵੀ ਚਿੱਟਾ ਮਾਝੇ ਦੇ ਵਿੱਚ ਤਾਂ ਤੁਰ ਪਿਆ, ਇੱਧਰ ਤਾਂ ਆਇਆ ਨਹੀਂ ਸੀ ਉਹ। ਹੁਣ ਪਤਾ ਲੱਗਦਾ ਜਦੋਂ ਨੌਜਵਾਨ ਜਖੇਪਰ ਦਾ ਇੱਕ ਨੌਜਵਾਨ ਮੁੰਡਾ, 7-8 ਮਹੀਨਿਆਂ ਦੀ ਗੱਲ ਹੈ, ਬਹੁਤ ਹੀ ਸੋਹਣਾ ਮੁੰਡਾ, ਅਣਦਿਹਾੜੀਆ ਗਲਫ ਰਾਹ ਲੈ ਕੇ ਮਰ ਗਿਆ। ਜਦੋਂ ਲਾਸ਼ ਦੇਖੀ, ਦੇਖੀ ਨਾ ਜਾਵੇ ਦੀ ਲਾਸ਼, ਭੁੱਬਾਂ ਮਾਰ ਮਾਰ ਰੋ ਰਿਹਾ, ਪਰਿਵਾਰ ਦੇ ਵਿੱਚ ਇਕੱਲੇ ਇਕੱਲਾ ਪੁੱਤ ਸੀ। ਇਹਨਾਂ ਕਤਲਾਂ ਦੇ ਜ਼ਿੰਮੇਵਾਰ ਕੌਣ ਨੇ? ਤੁਸੀਂ ਕਹੀ ਜਾਂਦੇ ਹੋ ਕਿ ਸਾਡੇ ਕੋਲ ਦੇਸ਼ ਨੂੰ ਵਿਕਾਸ ਕਰਨ ਵਾਸਤੇ ਪੈਸਾ ਨਹੀਂ ਹੈ, ਸਾਡੇ ਤਾਂ ਖਜ਼ਾਨਾ ਖਾਲੀ ਕਰਿਆ ਪਿਆ, ਸਾਨੂੰ ਤਾਂ ਕੰਮ ਚਲਾਉਣ ਵਾਸਤੇ 1500 ਕਰੋੜ ਰੁਪਈਆ ਲੈਣਾ ਪੈ ਗਿਆ। ਇਹ ਤੇ ਦੱਸੋ ਵੀ ਕੀ ਪੈਸੇ ਲੱਗਦੇ ਤੁਹਾਡੇ? ਪਤਾ ਨਹੀਂ ਹੋਰਾਂ ਥਾਵਾਂ ਤੇ ਤਾਂ ਤੁਸੀਂ ਕੀ ਕੀਤਾ, ਕਿਤੇ ਕਹਿੰਦੇ ਵੀ ਰਾਜਦੀਪ ਚੱਕ ਲਿਆ, ਕਿਤੇ ਕਹਿੰਦੇ ਇੰਸਪੈਕਟਰ ਇੰਦਰਜੀਤ ਤੇ ਕਾਰਵਾਈ ਹੋ ਗਈ, ਕਿਤੇ ਕਹਿੰਦੇ ਅਸੀਂ ਵੱਡੇ ਵੱਡੇ ਸਮਾਗਮ ਨੇ ਜਾਇਦਾਦਾਂ ਜ਼ਬਤ ਕਰ ਲਈਆਂ, ਪਰ ਸੁਨਾਮ ਦੇ ਵਿੱਚ ਤਾਂ ਸਾਂਸੀ ਹਜੇ ਵੀ ਵੇਚੀ ਜਾਂਦੇ ਨੇ। ਹੁਣ ਵੀ ਦੇਖ ਲਓ ਜਾ ਕੇ ਰੇਲਵੇ ਲਾਈਨ ਤੇ ਆੜਤੀਆਂ ਦੀਆਂ ਦੁਕਾਨਾਂ ਦੇ ਵਿਚਾਲੇ ਇੱਕ ਸੜਕ, ਸ਼ਾਮ ਨੂੰ ਵਗ ਜਾਓ, ਸ਼ਾਮ ਨੂੰ ਲਾਈਨਾਂ ਲੱਗੀਆਂ ਪਈਆਂ ਹੁੰਦੀਆਂ ਨੇ ਬਾਈ ਉੱਥੇ, ਉੱਥੋਂ ਤਾਂ ਸਭ ਬੰਦ ਨਹੀਂ ਹੋਇਆ, 2 ਮੰਤਰੀ ਉਸੇ ਹਲਕੇ ਦੇ। ਇਹ ਨਸ਼ਾ ਓਨਾ ਚਿਰ ਨਹੀਂ ਬੰਦ ਹੁੰਦਾ ਜਿੰਨਾ ਚਿਰ ਪੁਲਿਸ ਇਹਨੂੰ ਕੰਟਰੋਲ ਕਰਨ ਵਾਸਤੇ ਰਾਜੀ ਨਹੀਂ, ਪੁਲਿਸ ਓਨਾ ਚਿਰ ਤੇ ਰਾਜੀ ਹੁੰਦੀ ਜਿੰਨਾ ਚਿਰ ਸਿਆਸੀ ਹਾਕਮੇ ਫੈਸਲਾ ਨਹੀਂ ਕਰਦੇ ਵੀ ਸੱਚਮੁੱਚ ਅਸੀਂ ਨੇ ਪੰਜਾਬ ਦਾ ਵਿੱਚੋਂ ਨਸ਼ਾ ਖਤਮ ਕਰਨਾ। ਫਿਰ ਜਦੋਂ ਇੰਨਾ ਲੋਕਾਂ ਦਾ ਰੌਂ, ਇੰਨਾ ਰੌਲਾ ਪੈ ਰਿਹਾ, ਭਲਾ ਬੰਦ ਕਾਹਤੋਂ ਨਹੀਂ ਕਰਦੇ? ਬੰਦ ਇਸ ਕਰਕੇ ਨਹੀਂ ਕਰਦੇ ਕਿਉਂਕਿ ਨਸ਼ੇ ਦਾ ਕਾਰੋਬਾਰ ਵੱਡੇ ਵੱਡੇ ਲੋਕ ਕਰਦੇ ਨੇ। ਮੁੰਦਰਾ ਇੱਕ ਬੰਦਰਗਾਹ ਹੈ, ਉਸ ਬੰਦਰਗਾਹ 'ਤੇ ਅਡਾਨੀ ਦੇ ਜਹਾਜ਼ ਉਤਰਦੇ ਹੈ, ਉਹ ਬੰਦਰਗਾਹ ਅਡਾਨੀ ਦੀ ਮੁੱਲ ਖਰੀਦੀ ਹੋਈ ਹੈ, ਲਈ ਹੋਈ ਹੈ। ਉੱਥੇ ਜਿੰਨੇ ਜਹਾਜ਼ ਦੇ ਪਿਛਲੇ ਦਿਨ ਖਬਰ ਸੁਣੀ ਸੀ ਤੁਸੀਂ, 30 ਕੁਇੰਟਲ ਚਿੱਟਾ ਇਕੱਠਾ ਉੱਥੇ ਆਇਆ ਅਤੇ ਫੜਿਆ ਗਿਆ। ਉਸ ਬੰਦਰਗਾਹ ਦਾ, ਬੰਦਰਗਾਹਾਂ ਦੇ ਅਸੂਲ ਹੋਣਗੇ ਆਪਣੇ ਆਪਣੇ, ਜਦੋਂ ਕੋਈ ਜਹਾਜ਼ ਉੱਥੇ ਬੰਦਰਗਾਹ 'ਤੇ ਲੱਗਦਾ ਉਹਦੀ ਓਨਾ ਚਿਰ ਤੱਕ ਤਲਾਸ਼ੀ ਨਹੀਂ ਹੁੰਦੀ ਜਿੰਨਾ ਚਿਰ ਉਹਦੇ 'ਚ ਆਇਆ ਮਾਲ, ਜਿਹੜੇ ਮਾਲਕ ਦਾ ਮਾਲ ਹੁੰਦਾ ਉਹ ਰਿਸੀਵਰ ਫਾਰਮ ਨਹੀਂ ਭਰ ਕੇ ਦਿੰਦਾ ਵੀ ਮੇਰਾ ਮਾਲ ਹੈ ਇਹਦੇ 'ਚ ਮੈਂ ਰਿਸੀਵ ਕਰਨਾ। ਜਦੋਂ ਉਹ ਫਾਰਮ ਭਰ ਦਿੰਦਾ ਤਾਂ ਫਿਰ ਉਹ ਫਾਰਮ ਕੰਪਿਊਟਰ ਟੈਡ ਹੁੰਦਾ, ਤਾਂ ਕੰਪਿਊਟਰ ਰਾਹੀਂ ਪਤਾ ਕੀਤਾ ਜਾਂਦਾ ਵੀ ਇਹ ਜਹਾਜ਼ ਦੇ ਵਿੱਚ ਕੀ ਹੈ। ਉਹ ਮਹੀਨਾ ਖੜਾ ਰਹੇ,
ਉਹ 3 ਮਹੀਨੇ ਖੜਾ ਰਹੇ, ਉਹਦੀ ਤਲਾਸ਼ੀ ਨਹੀਂ ਪੁਲਿਸ ਲੈ ਸਕੀ। ਉਹ ਜਦੋਂ 30 ਕੁਆਰਟਲ ਬਾਰੇ ਪਤਾ ਕੀਤਾ, ਉਹ ਕਹਿੰਦੇ ਤਾਂ ਅਡਾਨੀ ਦੀ ਹੈ, ਇਹਦਾ ਜਹਾਜ਼ ਅਡਾਨੀ ਦਾ। ਅਡਾਨੀ ਦੇ ਬਾਅਦ ਜਦੋਂ ਕਰਮਚਾਰੀਆਂ ਨੂੰ ਪੁੱਛਿਆ ਤਾਂ ਉਹ ਜਵਾਬ ਦੇ ਗਏ ਵੀ ਜੀ ਇਹਦਾ ਮਾਲ ਕੰਪਨੀ ਦਾ, ਅਸੀਂ ਤਾਂ ਧੋਣ ਦਾ ਕਿਰਾਇਆ ਲਿਆ, ਇਹਦਾ ਕੰਪਨੀ ਨੂੰ ਪਤਾ ਹੋਣਾ ਵੀ ਚਿੱਟਾ ਕਿੱਥੋਂ ਆਇਆ ਕਿਹਦਾ ਹੈ, ਮੁੜ ਕੇ ਆਈ ਗਈ ਕਰਤੀ ਪਤਾ ਹੀ ਨਹੀਂ ਲੱਗਿਆ। ਜੇ ਅਡਾਨੀ ਵਰਗਿਆਂ ਨੂੰ ਖੁੱਲੀਆਂ ਛੁੱਟੀਆਂ ਨੇ, ਇਹਦਾ ਮਤਲਬ ਅਡਾਨੀ ਹੈ ਜਿਹੜਾ ਸਾਰੀ ਦੁਨੀਆ ਜਾਣਦੀ ਹੈ ਵੀ ਕਿਹਦਾ ਯਾਰ ਦੋਸਤ ਆ, ਮੋਦੀ ਦਾ ਖਾਸੋ ਖਾਸ ਬੰਦਾ, ਉਹ ਇੱਥੇ ਹਿੰਦੁਸਤਾਨ 'ਚ ਕੁਛ ਵੀ ਕਰੀ ਜਾਵੇ ਉਹਦੇ ਖਿਲਾਫ ਬੋਲਣ ਵਾਲੇ ਬੰਦੇ ਨੂੰ ਅੰਦਰ ਤੁੰਨ ਦਿੰਦੇ ਆ। ਇਸੇ ਤਰ੍ਹਾਂ ਕਿੰਨੀਆਂ ਸ਼ਾਖਾਵਾਂ ਨੇ ਉਹਦੀਆਂ ਜਿਹੜੀਆਂ ਇੱਥੇ ਪੰਜਾਬ ਦੇ ਵਿੱਚ ਖੁੱਲੀਆਂ ਨੇ। ਆਹ ਜ਼ਿਕਰ ਕਰਕੇ ਗਿਆ ਸਾਥੀ ਜਗਦੀਸ਼ ਭੋਲੇ ਦਾ, ਉਹਨੇ ਕੌਣ ਛੱਡਿਆ, ਉਹਨੇ ਗਣਿਆ ਤਾ ਕਿ ਇਹਨਾਂ ਇਹਨਾਂ ਬੰਦਿਆਂ ਦੀਆਂ ਫਲਾਣੇ ਫਲਾਣੇ ਫੈਕਟਰੀਆਂ ਨੇ, ਕੋਈ ਬੰਦਾ ਛੱਡਿਆ ਨੇ। ਉਹਨੇ ਗੰਗਰੇਜ ਫੈਕਟਰੀ ਦੇ ਮਾਲਕ ਦਾ ਨਾਂ ਵੀ ਦੱਸਤਾ, ਉਹਨੇ ਜਿਹੜੀਆਂ 2-3 ਫੈਕਟਰੀਆਂ ਹੋਰ ਨੇ ਹਿਮਾਚਲ ਦੇ ਵਿੱਚ ਉਹਨਾਂ ਦਾ ਵੀ ਨਾਂ ਦੱਸਤਾ, ਉੱਥੇ ਹੋਣ ਵਾਲੀਆਂ ਗੋਲੀਆਂ ਦਾ ਨਾਂ ਵੀ ਦੱਸਤਾ। ਉਹਨੇ ਇਹ ਵੀ ਦੱਸਤਾ ਕਿ ਚਿੱਟੇ ਦਾ ਅਸਲੀ ਸਪਲਾਇਰ, ਵੱਡਾ ਸਪਲਾਇਰ ਕੌਣ ਹੈ। ਕਾਂਗਰਸ ਦੇ ਰਾਜ ਵੇਲੇ ਰਾਜੇ ਨੇ ਥੋੜ੍ਹਾ ਜਿਹਾ ਇਹਨੂੰ ਖਿੱਚਣ ਦੀ ਕੋਸ਼ਿਸ਼ ਕੀਤੀ, ਉਹਦੇ 'ਚ ਜਿਹੜੀ ਹੁਣ ਖਬਰ ਚੱਲ ਰਹੀ ਹੈ ਅਖਬਾਰਾਂ 'ਚ ਕਿ ਰਾਜਦੀਪ ਸ਼ਾਇਦ ਉਹ DSP ਰੈਂਕ ਆ ਉਹਦਾ, ਉਹਦੇ ਨਾਲ ਇੱਕ ਇੰਸਪੈਕਟਰ ਇੰਦਰਜੀਤ ਸਿੰਘ, ਇਹ ਦੋਨੇ ਵੱਡੀ ਸਮਗਲਿੰਗ ਕਰਦੇ ਰਹੇ ਹੈ। ਉਹਦੇ ਪਿਛਲੇ ਪਾਸੇ ਨਹੀਂ ਦੱਸਿਆ ਵੀ ਉਹ ਇਕੱਲੇ ਨਹੀਂ, ਉਹਦੇ ਮਗਰਲੇ ਪਾਸੇ ਕੌਣ ਹੈ, ਹਾਕਮ ਕੌਣ ਹੈ, ਕਿਹੜੀ ਸਿਆਸੀ ਤਾਕਤ ਹੈ ਜਿਹੜੀ ਉਹਨਾਂ ਤੋਂ ਨਸ਼ਾ ਬਕਾਉਂਦੀ ਹੈ, ਕਿਹੜੀ ਸਿਆਸੀ ਤਾਕਤ ਹੈ ਜਿਹੜੀ SSP ਦੇ ਮਗਰ ਦੀ ਮਗਰ, ਰਾਜਦੀਪ SSP ਦੇ ਮਗਰ ਦੀ ਮਗਰ ਇੰਸਪੈਕਟਰ ਇੰਦਰਜੀਤ ਦੀ ਬਦਲੀ ਹੋ ਜਾਂਦੀ ਹੈ ਅਤੇ ਉਹਨਾਂ ਦੀ ਕਾਰਵਾਈ। ਜਿੰਨੇ ਅਕਾਲੀਆਂ ਦੇ ਮੰਤਰੀ ਗਣਾਏ ਨੇ ਉਹਨਾਂ 'ਤੇ ਕਿਸੇ ਕੋਈ ਕਾਰਵਾਈ ਨਹੀਂ, ਜੇਲ੍ਹ ਮੰਤਰੀਆਂ 'ਤੇ ਕੋਈ ਕਾਰਵਾਈ ਨਹੀਂ। ਯਾਨੀ ਇਸ ਕਰਕੇ ਨਹੀਂ ਕਿਉਂਕਿ ਇਹਦੇ 'ਚ ਪੈਸਾ ਬਹੁਤ ਬਣਦਾ। ਮੈਂ ਪਹਿਲਾਂ ਵੀ ਤੁਹਾਨੂੰ ਜ਼ਿਕਰ ਕੀਤਾ ਸੀ ਕਿ 1 ਗ੍ਰਾਮ ਚਿੱਟੇ ਨੂੰ ਜੇ ਮੁਨਾਫੇ ਨਾਲ ਵੇਚਣਾ ਹੋਵੇ ਤਾਂ 400 ਦਾ 500 ਦਾ 1 ਗ੍ਰਾਮ ਚਿੱਟਾ ਵੇਚਦਾ, ਪਰ ਇਹ ਵੇਚਦੇ ਕਿੰਨੇ ਦਾ ਨੇ, 5000 ਦਾ 1 ਗ੍ਰਾਮ ਚਿੱਟਾ ਵੇਚਦਾ। ਜਿਹੜੇ 1 ਗ੍ਰਾਮ ਚਿੱਟੇ 'ਚ 4500 ਦਾ ਮੁਨਾਫਾ ਹੈ, ਉਹ 'ਚ ਕਿੰਨੇ ਪੈਸੇ ਬਣਦੇ ਹੋਣਗੇ। ਚੱਕੀ ਫਿਰੀ ਜਾਂਦੇ ਨੇ, ਬਹੁਤ ਸ਼ਾਖਾਵਾਂ ਨੇ, ਸ਼ੁਰੂ ਹੁੰਦੀਆਂ ਨੇ ਉੱਤੋਂ ਹੇਠਾਂ ਨੂੰ, ਬੰਦਿਆਂ ਨੂੰ ਬੁਲਾਇਆ ਜਾਂਦਾ ਕਿ ਗੱਲ ਕਰ ਕਿੰਨੀ ਨੌਕਰੀ ਮਿਲਦੀ ਹੈ, 7000 ਜੀ, ਕੀ ਕੱਢੇਗਾ, ਆ ਜਾ ਮੇਰੇ ਨਾਲ, ਆ 7 ਬੰਦਿਆਂ ਨੂੰ ਚਿੱਟਾ ਵੇਚ ਆਈ, ਇੰਨੇ ਪੈਸੇ ਤੈਨੂੰ ਰੋਜ਼ ਮਿਲ ਜਾ ਕਰੂੰਗੀ, ਨਾਲੇ ਤੂੰ ਮੁਦਾ ਲਿਆ, ਨਾਲੇ ਉਹ ਲੱਗਦਾ 7 ਨੂੰ ਹੋਰ ਲਾਉਂਦਾ, ਉਹ 7 ਗਾਹਾਂ 7 ਨੂੰ ਹੋਰ ਨੂੰ ਲਾਉਂਦੇ, ਫਿਰ ਉਹ ਸਪਲਾਇਰ ਬਣ ਜਾਂਦੇ। ਫਿਰ ਬੁੜੀਆਂ ਕੋਲ, ਬੁੜੀਆਂ ਤੋਂ ਸਪਲਾਈ ਕਰਾਈ ਜਾਂਦੀ, ਬੁੜੀਆਂ ਲੱਗਦੀਆਂ ਨੇ। ਤੁਸੀਂ ਹੈਰਾਨ ਹੋ ਗਏ, ਹੁਣ ਤਾਂ ਇਹ ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ, ਸਕੂਲਾਂ ਦੇ ਵਿੱਚ ਵੀ ਜਾ ਵੜਿਆ, ਇਕਨੋਮੀ ਕਲਾਸ ਦਾ ਮੁੰਡਾ ਲਾ ਰਿਹਾ। ਤੁਸੀਂ ਦੇਸ਼ ਦੀ ਡਿਵੈਲਪਮੈਂਟ ਦੀ ਗੱਲ ਕਰਦੇ ਹੋ, ਲੈਟ ਤੋਂ ਜਨਰੇਟਰ ਬੰਦ ਹੀ ਨਾ ਕਰੋ, ਚੱਲ 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 ਚੱਲ
ਤੁਸੀਂ ਦੇਸ਼ ਦੀ ਡਿਵੈਲਪਮੈਂਟ ਦੀ ਗੱਲ ਕਰਦੇ ਹੋ ਕਿ ਇਹ ਤੁਹਾਡਾ ਰਸਤਾ ਜਿਹੜਾ ਹਾਕਮਾਂ ਨੇ ਫੜਿਆ ਹੈ ਚਾਹੇ ਵਿਰੋਧੀ ਧਿਰ ਚ ਹੈ ਚਾਹੇ ਕੋਈ ਤੁਹਾਡੀ ਸਰਕਾਰ ਕੀ ਹੈ ਤਰੱਕੀ ਹੁੰਦੀ ਹੈ ਦੇਸ਼ ਦੀ ਬਈ ਤਰੱਕੀ ਹੁੰਦੀ ਕਿੱਥੋਂ ਹੈ ਤੁਸੀਂ ਤਰੱਕੀ ਕਰਨਾ ਕਿਹਦੀ ਚਾਹੁੰਦੇ ਹੋ ਤੁਹਾਡਾ ਇਰਾਦਾ ਕੀ ਹੈ ਮੰਨ ਲਿਆ ਕਿ ਆਪ ਦੀ ਸਰਕਾਰ ਕੇਂਦਰ ਚ ਨਹੀਂ ਹੈ ਬੀਜੇਪੀ ਦੀ ਸਰਕਾਰ ਹੈ ਕੇਂਦਰ ਚ ਬੈਠੀ ਸਰਕਾਰ ਇਹ ਚਾਹੁੰਦੀ ਹੈ ਵੀ ਅਸੀਂ ਗੱਲ ਕਿਸਾਨਾਂ ਦੀ ਕਰੀਏ ਤੇ ਮੁਨਾਫੇ ਅਸੀਂ ਕਾਰਪੋਰੇਟਾਂ ਦੇ ਮੋਦੀ ਦਾ ਭਾਸ਼ਣ ਸੁਣਿਆ ਹੋਣਾ ਕਿ ਮੈਂ ਗਰੀਬਾਂ ਚੋਂ ਹਾਂ 40 ਸਾਲ ਮੈਂ ਭੀਖ ਮੰਗੀ ਹੈ ਚਾਹ ਵੇਚਦਾ ਰਿਹਾ ਗਰੀਬਾਂ ਖਾਤਰ ਹੀ ਆਇਆ ਗਰੀਬਾਂ ਖਾਤਰ ਹੀ ਕੰਮ ਕਰੂੰਗਾ ਗਰੀਬਾਂ ਦੀ ਖਾਤਰ ਹੀ ਮੈਂ ਜ਼ਿੰਦਗੀ ਲਾਉਣੀ ਹੈ ਮੈਂ ਤਾਂ ਫਕੀਰ ਹਾਂ 9 ਸਾਲਾਂ ਤੋਂ ਉੱਤੇ ਸਮਾਂ ਹੋ ਗਿਆ ਇੱਕ ਗੱਲ ਦੱਸ ਦੇ ਵੀ ਜਿਹੜੀ ਗਰੀਬਾਂ ਕਦਰ ਕੀਤੀ ਹੋਵੇ ਗੈਸ ਸਿਲੰਡਰ ਚੁੱਲ੍ਹਾ ਤੇ ਵਿਕਦਾ 10 ਰੁਪਏ ਸਬਸਿਡੀ ਹੈ ਹੁਣ ਗੈਸ ਸਿਲੰਡਰ ਤੇ 10 ਰੁਪਏ ਜਿਹੜਾ 400 ਦਾ ਸਿਲੰਡਰ ਸੀ ਪਹਿਲਾਂ 1100 ਦਾ ਸੀ ਹੁਣ 900 ਦਾ ਬੇਰੁਜ਼ਗਾਰੀ ਵਧਾਤੀ ਮਹਿੰਗਾਈ ਵਧਾਤੀ ਸਾਰੇ ਪਬਲਿਕ ਅਦਾਰੇ ਵੇਚਤੇ ਦੇਸ਼ ਸਿਰ ਕਰਜ਼ਾ ਚੜ੍ਹ ਗਿਆ ਮਜ਼ਦੂਰਾਂ ਤੇ ਕਿਸਾਨਾਂ ਸਿਰ ਕਰਜ਼ਾ ਚੜ੍ਹ ਗਿਆ ਅਸੀਂ ਮਾਫ਼ੀ ਦੀ ਗੱਲ ਕਰਦੇ ਹਾਂ ਤੁਹਾਡੇ ਕੋਲ ਪੈਸਾ ਨਹੀਂ ਕਾਰਪੋਰੇਟਾਂ ਨੂੰ 10 ਲੱਖ ਕਰੋੜ ਰੁਪਇਆ ਕਰਜ਼ਾ ਤੁਸੀਂ ਮਾਫ਼ ਕਰਨ ਵਾਸਤੇ ਤੁਹਾਡੇ ਕੋਲ ਪੈਸਾ ਕਿੱਥੋਂ ਆ ਗਿਆ ਦੱਸ ਸਕਦੇ ਹੋ ਮੋਦੀ ਸਾਹਿਬ ਡਾਂਗ ਦੇ ਜ਼ੋਰ ਨਾਲ ਜਿਹੜਾ ਤੁਹਾਡੇ ਖਿਲਾਫ ਬੋਲੇ ਉਹਦੇ ਪਿੱਛੇ ED ਲਾ ਦਿੰਦੇ ਹੋ ਉਹਦੇ ਪਿੱਛੇ ਹੋਰ ਏਜੰਸੀਆਂ ਲਾ ਦਿੰਦੇ ਹੋ ਉਹਨਾਂ ਦੀ ਜ਼ਬਾਨ ਬੰਦ ਕਰਨ ਦੀ ਖਾਤਰ ਅੰਦੋਲਨਾਂ ਨੂੰ ਦੱਬਦੇ ਹੋ ਇੱਥੇ ਖੜੇ ਨਹੀਂ ਅੰਦੋਲਨ ਕਰਨ ਵਾਲੀ ਪੀੜ੍ਹੀ ਨੂੰ ਜੜੋਂ ਖਤਮ ਕਰਨ ਦੀ ਤੁਹਾਡੀ ਪਲੈਨ ਹੈ ਜਿਹੜਾ ਨਸ਼ਾ ਵੇਚਣ ਦਾ ਪਲੈਨ ਹੈ ਕਿ ਨੌਜਵਾਨਾਂ ਨੂੰ ਨਸ਼ੇ ਤੇ ਬਣਾ ਦਿਓ ਨਸ਼ੇ ਤੇ ਲਾ ਦਿਓ ਤਾਂ ਕਿ ਇਹਨਾਂ ਦੇ ਵਿੱਚ ਲੜਨ ਦਾ ਮਾਦਾ ਮੁੱਕ ਜੇ ਸਾਰੀਆਂ ਉਹ ਚੀਜ਼ਾਂ ਜਿਹੜੀਆਂ ਇਹ ਕਹਿੰਦੀਆਂ ਨੇ ਵੀ ਅਸੀਂ ਕਿਸੇ ਤੋਂ ਕੁਛ ਨਹੀਂ ਲੈਣਾ ਜਿਹੜੀਆਂ ਕਿਸੇ ਤੇ ਨਿਰਭਰ ਨਹੀਂ ਉਹਨਾਂ ਸਾਰੀਆਂ ਦੀ ਹਾਲਤ ਇਹੀ ਜਿਹੀ ਬਣਾ ਦਿਓ ਵੀ ਉਹ ਦੂਜਿਆਂ ਤੇ ਨਿਰਭਰ ਹੋ ਜਾਣ 60ਵਿਆਂ ਦਾ ਸਮਾਂ ਤੁਹਾਨੂੰ ਯਾਦ ਹੈ ਜਦੋਂ ਐਂ ਕਹਿੰਦੇ ਹੁੰਦੇ ਵੀ ਕਿਸਾਨ ਇੱਕ ਇਹੋ ਜਿਹੀ ਜਮਾਤ ਹੈ ਜਿਹੜੀ ਕਿਸੇ ਤੇ ਨਿਰਭਰ ਨਹੀਂ ਘਰੋਂ ਬੰਦ ਕੱਢਣੇ ਨੇ ਹਲ ਵੀ ਆਪਦਾ ਪੰਜਾਲੀ ਵੀ ਆਪਦੀ ਪੁਰਾਣੀ ਵੀ ਆਪਦੀ ਤੇ ਆਰ ਵੀ ਆਪਦੀ ਸ਼ਾਂਟਾ ਵੀ ਆਪਦਾ ਤੇ ਹਾਲੀ ਵੀ ਆਪਦਾ ਵਾਹੁੰਦਾ ਤੇ ਬੀਜਦਾ ਗੁੜਦਾ ਤੇ ਕਮਾਉਂਦਾ ਖੇਤਾਂ ਦੀ ਸਾਰੀ ਫਸਲ ਆਪਣੇ ਘਰੇ ਆਉਂਦੀ ਥੋੜੀ ਪੈਦਾਵਾਰ ਸੀ ਪਰ ਦੱਸੋ ਬਹੁਤ ਵੱਡਾ ਹਿੱਸਾ ਪੁਰਾਣਿਆਂ ਦਾ ਆਪਣੇ 'ਚ ਹੈ ਨਹੀਂ ਪੁਰਾਣੇ ਬੰਦਿਆਂ ਨੂੰ ਪੁੱਛੋ ਵੀ ਨਾ ਕੋਈ ਬੀਜ ਲੈਣਾ ਸੀ ਨਾ ਤੇਲ ਲੈਣਾ ਸੀ ਨਾ ਸਪਰੇਅ ਲੈਣੀ ਸੀ ਨਾ ਡੀਜ਼ਲ ਲੈਣਾ ਸੀ ਨਾ ਮਸ਼ੀਨਰੀ ਨੂੰ ਜਾਣਦੇ ਸੀ ਨਾ ਸਪੇਅਰ ਪਾਰਟ ਦੀ ਦੁਕਾਨ ਨੂੰ ਜਾਣਦੇ ਸੀ ਹਰ ਕਿਸਮ ਦਾ ਅਨਾਜ ਘਰੇ ਖੇਤਾਂ 'ਚ ਬੰਨੇ ਸ਼ੇਰ ਚਾਰਨ ਦੀ ਗੱਲ ਮਧਾਣੀਆਂ ਰਿੜਕਣ ਦੀ ਰੜਕਣਿਆਂ ਦੀ ਆਵਾਜ਼ ਚੱਕੀਆਂ ਦੀ ਘਰੇ ਆਵਾਜ਼ ਨਾ ਕਿਸੇ ਦਾ ਖੂਨ ਗਾੜਾ ਹੁੰਦਾ ਸੀ ਨਾ ਬਲੱਡ ਪ੍ਰੈਸ਼ਰ ਸੀ ਲਾਲੀਆਂ ਸੀ ਸਾਰਿਆਂ ਨੂੰ ਬੁੱਢੀਆਂ ਦੇ ਲਾਲੀਆਂ ਸੀ ਸਾਰੇ ਗੱਭਰੂਆਂ ਦੇ ਮੂੰਹ ਕੰਮ ਜ਼ਿਆਦਾ ਸੀ ਜੀਵਨ ਸਿੰਪਲ ਸੀ ਧੰਦਾ ਆਜ਼ਾਦ ਸੀ
पैसा नहीं सी साडे कोले, दुनिया की हर शायद साडे कोले, सुंदर पानी, सुंदर हवा, वधिया भाईचारा, वधिया समाज, विकास के नाँ ते कही जी गिदड़ सिंह जी लाई साडे, साडे कोल सारा कुछ खो लिया, खो के भी इन्हां नूं सबर नहीं आया। हुण साडे कोलों जनरेटर बंद कातों कर, चली जाण तो यार घंटे तीन घंटे स्टेज चलनी, इस करके सरकार की नीयत नू समझना चाहिए अपन। ये ठीक है गल, साडा अंदोलन नशा नू डकण वास्ते एक ऐस किस्म दा अंदोलन है जिवें नीवे थां ते नक्का बन्नणा होवे। ये नीवे थां ते नक्का बन्नण दा मतलब यह है कि असीं पिंडां दे विच शहरां दीआं दुकानां दे विच 86 लोकां दी जबान ते प्रशासन की जबान से यह गल की चर्चा छेड़ दी है कि नशा हर हालत च बंद होना चाहिए, संतुष्टक नशे के दोषियों नूं गिरफ्तार करना चाहिए, इहदा प्रचार इहदी मुहिम तेज कर दीए। गल भावें वड्डी है पर जे इहनूं कंट्रोल कर सकदियां ने पंजाब दीआं जनतक मूवमेंटां ही इहनूं कंट्रोल कर सकदियां ने, जनतक वेव इहनूं कंट्रोल कर सकदी है। नहीं भरावो घर उजड़नगे, कित्ते जाणगे, बहुत माड़ी नीति ते नीत है हिंदुस्तान दी सरकार दी, हिंदुस्तान सरकार दी सरकार बहुत माड़ियां नीतियां ते है ते माड़ी नीत लैके आ रही है। अज में कुड़ियां बोल के गई ने, यह एक दर की कहानी नहीं, एक घर की कहानी नहीं, थां थां ते अदारियां नूं छांटी की जा रही है। इत्थों मजदूर महंगे मिलते ने, इत्थों सस्ते मिलते ने, बेरोजगारी ज्यादा है, मजदूर वाधू मिलते ने, इस करके उन्हां दीआं लोड़ां पूरियां हुंदियां ने, उस लोड़ चों उह नीतियां लागू करना चाहुंदे ने। पंजाब इक इहो जिहा सूबा है जिहदा ने दुनिया की पोलीटिकल ताकतां दी अख है कि इहनूं किवें काबू किया जाए। नशे किहो जिहा सोर्स है जिहदे नाल पंजाब काबू किया जा सकदा है, नशा नूं प्रमोट करके, नशा बेचण वालां नूं प्रमोट करके जगह जगह ते सानूं विरोध का सामना करना पैना है। सानू नहीं पता अज सवेरे सनाम दे विच जदों साडे बंदे टेंट लाउण आए तां इक दौलेवाल पिंड है साडा गुआंढी पिंड, उत्थों दा सरपंच आया, पांच सात गालां कढ गया जसवंत तोलावाल नूं कि तुसीं चौथे दिन टेंट ला लैंदे हो, तुसी मेरा पंप नहीं चलन दिता, पता नहीं था भाई वह नशा बेचता, पता नहीं कोई उहदा रिश्तेदार नशा बेचता, उहनूं पीड़ पता नहीं कि गल की हुई, कि पोलिटिकल पार्टी नाल है। सितम की गल यह है भी एस एच ओ जे जी उत्थे खड़ा है, उहदी हाजरी च वह गाला कढ़दा। हुण जे भला उहनूं गालां कढ़णियां होण, साडा इत्थे सधारण बंदा 100 गाल उहनूं कढ़ जे भला की कर लूगा उह।
ਫਿਰ ਅਸੀਂ ਜੇ ਗਾਲ ਕੱਢੀਏ ਤਾਂ ਗਾਲ ਕੱਢਾਂਗੇ ਕਿਹਨੂੰ? ਜੱਗੇ ਦੀ ਮਾਂ ਨੂੰ, ਜੱਗੇ ਦੀ ਭੈਣ ਨੂੰ, ਜੱਗੇ ਦੀ ਧੀ ਨੂੰ। ਉਹਨਾਂ ਦਾ ਕੀ ਕਸੂਰ ਹੈ ਬਈ? ਉਹ ਕਿਹਦੀਆਂ ਭੈਣਾਂ ਨੇ, ਉਹ ਕਿਹਦੀਆਂ ਧੀਆਂ ਨੇ? ਜੇ ਉਹ ਜੱਗੇ ਸਰਪੰਚ ਨੂੰ ਚਾਰ ਪੈਸਿਆਂ ਦੇ ਗਰੂਰ ਚ ਜਸਵੰਤ ਦੀ ਭੈਣ ਆਪਦੀ ਭੈਣ ਨਹੀਂ ਲੱਗੀ, ਜਸਵੰਤ ਦੀ ਮਾਂ ਆਪਦੀ ਮਾਂ ਨਹੀਂ ਲੱਗੀ, ਤਾਂ ਇਹੋ ਜਿਹੇ ਗੰਦਗੀ ਦੇ ਕੀੜਿਆਂ ਦਾ ਭਲਾ ਕਰ ਕੀ ਲਵਾਂਗੇ ਬਈ? ਆਪਾਂ ਸ਼ਰਮ ਆਉਣੀ ਚਾਹੀਦੀ ਹੈ। ਤੇਰੇ ਮੂਹਰੇ ਸਰਪੰਚ ਦਾ ਨਾਂ ਲੱਗਿਆ ਹੋਇਆ, ਕੋਲੇ ਖੜੇ ਪ੍ਰਸ਼ਾਸਨ ਨੂੰ ਸ਼ਰਮ ਆਉਣੀ ਚਾਹੀਦੀ ਹੈ। ਖਬਰਦਾਰ, ਉਹ ਪਾਸੇ ਹਟ ਕੇ ਖੜ, ਇਹਦਾ ਮਗਰੋਂ ਪਤਾ ਲੱਗਦਾ ਵੀ ਜਿਹੜਾ ਉਹ ਜੇਜੀ ਥਾਣੇਦਾਰ ਹੈ। ਤਾਂ ਜੱਗੇ ਸਰਪੰਚ ਨੂੰ ਸਾਲ ਬਾਅਦ ਇਹ ਗੱਲ ਕਿਵੇਂ ਆਉਣ ਆਈ ਵੀ ਜਸਵੰਤ? ਇਸ ਕਰਕੇ ਇਸ ਤਰ੍ਹਾਂ ਦੇ ਉਹ ਲੋਕ ਜਿਨ੍ਹਾਂ ਨੇ ਕਦੇ ਸਮਾਜ ਦਾ ਭਲਾ ਕਰਨਾ ਹੀ ਨਹੀਂ, ਜਿਨ੍ਹਾਂ ਨੇ ਹਰ ਵੇਲੇ ਦੂਜੇ ਪਾਸੇ ਭੁਗਤਣਾ ਹੁੰਦਾ, ਉਹ ਸਾਡੇ ਮੋਢਿਆਂ ਤੇ ਚੜ੍ਹ ਕੇ ਸਾਨੂੰ ਅਸਲੀ ਡਲੈਨ ਤੋਂ ਥੜਕਾਉਣਾ ਚਾਹੁੰਦੇ। ਠੀਕ ਹੈ, ਪ੍ਰਸ਼ਾਸਨ ਨੇ ਉਹਦਾ ਹੱਲ ਕੱਢਣਾ ਕਿ ਨਹੀਂ ਕੱਢਣਾ, ਇਹ ਪ੍ਰਸ਼ਾਸਨ ਦਾ ਕੰਮ ਜਾਣੇ, ਪ੍ਰਸ਼ਾਸਨ ਦੇ ਕੰਨ ਖੜੇ ਹੈ। ਪਰ ਅਸੀਂ ਵੀਰ ਤੈਨੂੰ ਇਹ ਸਮਝਦੇ ਹਾਂ, ਤੇਰਾ ਕਸੂਰ ਨਹੀਂ, ਤੂੰ ਤੇਰੀ ਜੱਦ ਦਾ ਪਤਾ, ਤੇਰੇ ਪਰਿਵਾਰ ਦਾ ਪਤਾ, ਤੁਹਾਡੇ ਪਿਛੋਕੜ ਬਾਰੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਮੇਰਾ ਨਾਲ ਲੱਗਦਾ ਤੇਰੇ ਪਿੰਡ ਹੈ। ਅਸੀਂ ਕਹਿੰਦੇ ਹਾਂ ਵੀ ਇਸ ਰਾਹ 'ਚੋਂ ਕਦੇ ਕਿਸੇ ਨੇ ਕੁਛ ਖੱਟਿਆ ਨਹੀਂ, ਇਹ ਰਾਹ ਤੈਨੂੰ ਨਹੀਂ ਫੜਨਾ ਚਾਹੀਦਾ। ਜੇ ਕਿਸੇ ਆਗੂ ਦੇ ਖਿਲਾਫ਼ ਕੋਈ ਗੱਲ ਹੈ, ਬੈਠ ਕੇ ਗੱਲ ਕਰ ਲਓ। ਜੇ ਜਥੇਬੰਦੀ ਦੇ ਖਿਲਾਫ਼ ਕੋਈ ਗੱਲ ਹੈ, ਸਾਡੇ ਨਾਲ ਬੈਠ ਕੇ ਗੱਲ ਕਰ ਲਓ। ਇਸ ਕਰਕੇ ਸਾਥੀਓ, ਚੰਗੇ ਰਾਹ ਚੱਲਦਿਆਂ ਨੂੰ ਰੋੜੇ ਮਾਰਨ ਵਾਲੇ ਦਾ ਘਾਟਾ ਨਹੀਂ। ਬਾਬੇ ਨਾਨਕ ਨੂੰ ਵੀ ਤਾਂ ਨਾਨਕ ਤਪਾ ਕਹਿੰਦੇ ਸੀ ਨਾ, ਗੋਬਿੰਦ ਸਿੰਘ ਨੂੰ ਗੋਬਿੰਦਾ ਡਾਕੂ ਕਹਿੰਦੇ ਸੀ। ਅੱਜ ਇਤਿਹਾਸ ਦੱਸਦਾ ਕੌਣ ਕੀ ਹੈ। 80 ਦੇ ਨੇੜੇ ਤੇਰੀ ਉਮਰ ਲੱਗੀ ਹੋਈ ਹੈ, ਲੱਗ ਜਾਣਾ ਪਤਾ ਬਾਅਦ ਚ ਕਿਹੜੀਆਂ ਕਿਹੜੀਆਂ ਕਰਤੂਤਾਂ ਕੀਤੀਆਂ ਨੇ। ਪੈਸੇ ਹੀ ਇਕੱਠੇ ਕਰਨ ਜਾਣਦੇ ਹੋ, ਸਮਾਜ ਚੋਂ ਕੋਈ ਸਤਿ ਸ੍ਰੀ ਅਕਾਲ ਪਿਆਰ ਦੀ ਮਿਲਦੀ ਹੈ, ਕੁਛ ਖੱਟਿਆ ਇੱਥੋਂ? ਆਹੀ ਸਿੱਖਿਓ ਤੁਸੀਂ 80 ਸਾਲ ਦੀ ਉਮਰ ਚ ਕਿ ਆਪ ਤੋਂ 20-30 ਸਾਲ ਛੋਟੇ ਨੂੰ ਤੁਸੀਂ ਗਾਲਾਂ ਕੱਢੋ ਤੇ ਤੁਹਾਡੀਆਂ ਗਾਲਾਂ ਉਹ ਮੌਜ ਨਾਲ ਪੀ ਜਾਣ? ਕਿੰਨਾ ਸਬਰ ਹੈ ਉਹ ਮੁੰਡਿਆਂ ਦਾ। ਇਸ ਕਰਕੇ ਭਰਾਵੋ, ਲੱਗੇ ਰਹੋ, ਲੜਾਈ ਵੱਡੀ ਹੈ। ਵੱਡੀ ਲੜਾਈ ਦੇ ਵਿੱਚ ਆਹ ਜਿਹੜਾ ਪ੍ਰੋਗਰਾਮ ਆਪਾਂ ਦੱਸਦਾ ਕੀਤਾ ਹੈ, ਖਾਸ ਕਰਕੇ ਸੰਗਰੂਰ ਜ਼ਿਲ੍ਹੇ ਨੂੰ, ਇਹਦੀ ਤਿਆਰੀ ਵਾਸਤੇ ਜਿੰਨਾ ਸਮਾਂ ਚਾਹੀਦਾ ਸੀ ਉਹਨਾਂ ਸਮਾਂ ਨਹੀਂ ਮਿਲ ਸਕਦਾ। ਉਹ ਜਿਹੜਾ ਸਮਾਂ ਮਿਲਿਆ ਉਹਦੇ 'ਚ ਜਿਹੜੀ ਤਿਆਰੀ ਦੀ ਵਿਉਂਤਬੰਦੀ ਬਣਾਈ ਸੀ ਆਪਾਂ, ਇੱਕਾ ਦੁੱਕਾ ਪਿੰਡਾਂ 'ਚੋਂ ਵਿਉਂਤਬੰਦੀ ਲਾਗੂ ਹੋਈ ਹੈ। ਇੱਕ ਘਨੌਰ ਪਿੰਡ ਦੀ ਖਬਰ ਲੱਗੀ ਹੈ, ਉਹਨਾਂ ਨੇ ਸਕੂਲ ਦੇ ਬੱਚਿਆਂ ਦਾ ਇੱਕ ਬਹੁਤ ਵੱਡਾ ਮੁਜ਼ਾਹਰਾ ਪਿੰਡ 'ਚ ਕੱਢਿਆ, ਤਖ਼ਤੀਆਂ ਲੈ ਕੇ, ਕਿਉਂਕਿ ਇਹ ਨਸ਼ੇ ਦੇ ਸਮਗਲਰ ਜੇ ਸਕੂਲਾਂ 'ਚ ਵੜ ਗਏ, ਜੇ ਪੜ੍ਹਨ ਵਾਲੇ ਬੱਚਿਆਂ 'ਚ ਵੜ ਗਏ, ਜੇ ਟੀਚਰਾਂ 'ਚ ਵੜ ਗਏ, ਫਿਰ ਇਹ ਬਹੁਤ ਖਤਰਨਾਕ ਰੁਝਾਨ ਹੋਊਗਾ। ਇਹਨੂੰ ਇੱਥੋਂ ਰੋਕਣ ਦੀ ਲੋੜ ਹੈ। ਇਸ ਕਰਕੇ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਸਮਾਜ ਦੇ ਵਿੱਚ ਜਿੱਥੇ ਵਾਤਾਵਰਨ ਬਚਾਉਣਾ, ਜਿੱਥੇ ਆਪਦੇ ਖੇਤ ਬਚਾਉਣੇ ਨੇ, ਜਿੱਥੇ ਪਬਲਿਕ ਸੈਕਟਰ ਬਚਾਉਣਾ, ਜਿੱਥੇ ਨਿੱਜੀਕਰਨ ਵਾਲੀ ਪਾਲਿਸੀ ਨੂੰ ਬਚਾਉਣਾ, ਜਿੱਥੇ ਭਾਰਤਮਾਲਾ ਪ੍ਰੋਜੈਕਟ ਦੀਆਂ ਵੱਡੀਆਂ ਸੜਕਾਂ ਨੂੰ ਬਣਾਉਣ ਤੋਂ ਜਬਰੀ ਰੋਕਣਾ, ਜਿੱਥੇ ਜ਼ਮੀਨਾਂ ਦੇ ਕਬਜ਼ੇ ਹੋਣ ਦੀ ਲੜਾਈ ਦੇ ਵਿੱਚ ਮੋਦੀ ਵਰਗਿਆਂ ਦਾ ਮੁੱਖ ਮੋੜਨਾ, ਉੱਥੇ ਨੌਜਵਾਨਾਂ ਨੂੰ ਬਚਾਉਣ ਦੀ ਲੜਾਈ ਦੇ ਵਿੱਚ ਵੀ ਤੁਹਾਨੂੰ ਵੱਧ ਚੜ੍ਹ ਕੇ ਆਉਣਾ ਚਾਹੀਦਾ। ਇਹ ਆਪਣੀ ਜ਼ਿੰਮੇਵਾਰੀ ਬਣਦੀ ਹੈ। ਅਸੀਂ ਇਹ ਜ਼ਿੰਮੇਵਾਰੀ 'ਚ ਕਿੰਨਾ ਸਫਲ ਹੋ ਸਕਦੇ ਹਾਂ, ਕਿੰਨਾ ਹਿੱਸਾ ਪਾ ਸਕਦੇ ਹਾਂ,
इस गल की परवाह ना करो, तुसी परवाह इस गल की करो कि इतिहास के पन्नों च किसे वेले किसे समाज च किसे देश च किसे सूबे च जो आप वापर रहा सी उदों कौन बोलिया ते किन्ना बोलिया ते की बोलिया, एक गल तो आप पिछे ना हटिए। साडा फर्ज है, बड़ी लड़ाई है, लम्मी लड़ाई है, ये लड़दे रहांगे। थोड़े कोले बहुत मटीरियल है, थोनू दस्या होया कि एफीडीन की है, एफीडीन बनती कित्थे है, तो एफीडीन का बनता की है, हिमाचल च किन्नियां फैक्ट्रियां ने, पंजाब च किन्नियां फैक्ट्रियां ने, कौन कौन इहदा जिम्मेवार है। जिन्हें कहा जाता है कि नशा प्रचार है भी पाकिस्तान चो आ, हो सकता है पाकिस्तान चो आ हो, पर वड्डी पद्धर ते नशा चाइना दे विचों सप्लाई हुंदी है, होर किसे मुल्क दे विचों भी हो सकती है, ते बहुत वड्डी पद्धर ते ये साडे मुल्क दे विच अपने पंजाब ते हिमाचल दे विच बणदा, फैक्ट्रियां चलदियां ने। इस करके इस विरोध नूं तिखा करन दी खातर अपनी जनता दे अपने पिंडां दे विच तुसीं ये महम नूं लैके चलो, किसे वेले भी कोई भी मौका खाली नहीं जान देना चाहिए सूनू, किसी भोग समागम से किसी खुशी के मौके से जे खुंडा ते बैठे चार बंदियां च सूनू हर वेले नशे के विरोध च नशा बंद करने वास्ते सानू की उपराले करने चाहिए ने, उहदे वास्ते सानू योगदान पाउणा चाहिए। कुछ संस्थावां ने जिहड़ियां नशा छडाउंदियां ने, आ संगरूर दे विच भी एक संस्था है जिहदा शर्मा जी मोहन सिंह मोहन लाल शर्मा उहनू चुने मुखी ने, उह शायद रैड क्रॉस की कोई सैकी है, बहुत सियाने सुलझे हुए बंदे ने, उह चलाउंदे ने संस्था। कोई नशा छडाउण वाला मुंडा जिहड़ा नशा छड सकदा परिवार, वह मुंडे नूं समझा के उत्थे लियाओ, काउंसलिंग भी करदे ने, दवाइयां भी दिंदे ने, सामणगे भी। एक संस्था साढ़े गुरु घर मस्तुआने दे विच है, मैं मिलया नहीं उहनां नूं, मैनूं जानकारी मिली उहनां बारे कि उहनां दा भी नशा छडाउण दा जिहड़ा तरीका है वह बहुत वधिया ढंग नाल समझाउंदे ने, गोलियां भी दिंदे ने, खुराक भी दिंदे ने, जे कम भी लैंदे ने सेवा च लाउंदे ने। आईआं जिहां संस्थावां जिहड़ियां समाज दे लोकां वास्ते वधिया कम करदियां ने, अज दी स्टेज तों मैं उहनां नूं वधाई दिंदा ते उहनां नूं मैं सलाम करदा। इस करके उहनां दा सहयोग लैण दी लोड़ है। सानूं जिहड़े पिंडां दे विच नशे करदे मुंडे ने उहनां दे परिवारां नूं मिलण दी लोड़ है, उहनां बच्चां नूं मिलण दी लोड़ है, उहनां नाल गल करके उहनां नूं राह पाउण दी लोड़ है। जिहड़े लोक किसे मजबूरी बस पिंड च नशा बेचते हैं उन्हां नाल गल करके आपदे बनाउण वास्ते कोई भी तरीका अपनाओ, उन्हां तों राह मिल सकदा है कि तुसीं किहदे कोलों नशा लैके आउंदे हो, कौन है तुहाडे पिछले पासे, उहदों राह मिल सकदा है, फिर उन्हां ते लोड़ पवे वड्डी कारवाई कीती जा सकदी है।